2014 ਦੇ ਬਾਅਦ ਜਿੱਲਾ ਸੱਤਾ ਪਰਿਵਰਤਨ ਹੋਇਆ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਆਈ ਔਰ ਜੰਮੂ ਕਸ਼ਮੀਰ ਦੇ ਅੰਦਰ ਵੀ ਕੋਲੀਸ਼ਨ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਔਰ ਪੀਡੀਪੀ ਦੀ ਸਰਕਾਰ ਆਈ ਉਹਦੇ ਬਾਅਦ ਸੁੰਦਰਬਣੀ ਦੇ ਲੋਕਾਂ ਕੀ ਕਿਸ ਪ੍ਰਕਾਰ ਵਿਕਾਸ ਦੇ ਕਰਨਾ ਜੋੜਿਆ ਗਿਆ ਕਿ ਕਿਹੜੀ ਕਿਹੜੀ ਬੜੀ-ਬੜੀ ਪ੍ਰੋਜੈਕਟਾਂ ਜਿਹਦਾ ਸੁਪਨਾ ਜਨਤਾ ਪਿਛਲੇ 70 ਸਾਲ ਤੋਂ ਦੇਖਾ ਕਰਦੀ ਕਿਹੜੇ-ਕਿਹੜੇ ਵੱਡੀਆਂ ਪ੍ਰੋਜੈਕਟਾਂ ਜਨਤਾ ਕੀ ਤੋਹਫੇ ਦੇ ਰੂਪ ਦਿੱਤੀ ਗਈਆਂ ਔਰ ਆਣੇ ਵਾਲੇ ਚੋਣਾਂ ਵਿੱਚ ਕਿਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਇਨ ਯੋਜਨਾਈ ਲਈਏ ਜਨਤਾ ਦੇ ਵਿੱਚ ਜਾਗ ਔਰ ਜਨਤਾ ਕੀ ਰਜ਼ਾਈ ਦੇ ਜਿਹੜਾ ਭਾਤੀ ਜਨਤਾ ਪਾਰਟੀ ਦਾ ਇਸ ਵੇਲੇ ਜੰਮੂ ਕਸ਼ਮੀਰ ਦਾ ਇੱਕ લક્ષ્ય ਔਰ ਮਿਸ਼ਨ ਹੈ ਇਹ ਭਾਤੀ ਜਨਤਾ ਪਾਰਟੀ ਚਲਾ ਕਰ ਦੇਗੀ ਆਉਣ ਵਾਲੇ ਚੋਣ ਚ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਵੱਡੀ ਪਾਰਟੀ ਭਾਤੀ ਜਨਤਾ ਪਾਰਟੀ ਸਾਬਿਤ ਹੋਊਗਾ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦਾ ਜਿਹੜਾ ਮੁੱਖ ਮੰਤਰੀ ਹੋ ਗਿਆ ਇਤਿਹਾਸ ਤੋਂ ਪਹਿਲੇ ਵਾਰੀ ਜੰਮੂ ਦਾ ਮੁੱਖ ਮੰਤਰੀ ਔਰ ਭਾਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਗਾ ਇਸ ਸਾਰੇ ਚੋਣਵੀ ਜਿੰਨੇ ਵੀ ਬੜੀ ਬੜੀ ਪ੍ਰੋਜੈਕਟ ਨੇ ਸਾਰੀ ਚੋਣਵੀ ਇਹਨਾਂ ਯੋਜ ਪ੍ਰੋਜੈਕਟਾਂ ਕੀ ਚੋਣ ਦਾ ਇੱਕ ਬਹੁਤ ਬੜਾ ਢਾਲ ਬਣਾਈ ਹਥਿਆਰ ਬਣਾਈ ਜਨਤਾ ਵੀ ਪੂਜਨੇ ਵਸਤ ਹੈ ਭਾਤੀ ਜਨਤਾ ਪਾਰਟੀ ਦੇ ਇਸ ਵ डीडीसी सदस्य राजेंद्र शर्मा जी सुंदरबनी ਤੋਂ ਚੁਣੀਏ ਜਨਤਾ ਦੁਆਰਾ ਮਨੋਨੀਤ ਕੀਤੇ ਗਏ ਹੈ ਔਰ ਇਸ ਵੇਲੇ ਸੁੰਦਰਬਨੀ ਦੇ ਡਾਗ ਵੰਗਲੇ ਵਿੱਚ ਮੌਜੂਦ ਹਨ ਔਰ ਦੱਸਣਾ ਚਾਹਣਗੇ ਕਿ ਭਾਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਹੜੀ ਕਿਹੜੀ ਯੋਜਨਾ ਸੁੰਦਰਬਨੀ ਦੇ ਲੋਕਾਂ ਕੀ ਤੋਹਫੇ ਦੇ ਤੌਰ ਤੇ ਦਿੱਤੀ ਜਿਹਦੇ ਵਸਤਾ ਜਨਤਾ ਕੀ ਹਮੇਸ਼ਾ ਚੋਣ ਦੇ ਵਿੱਚ ਖੁਆਬ ਦੱਸੇ ਜਾਂਦੇ ਹੈ ਬੜੇ ਬੜੇ ਵਿਕਾਸ ਦੇ ਜਿਹੜੇ ਚੋਣਵੀ ਸਵਾਹਾਂ ਦੇ ਉੱਪਰ ਭਾਸ਼ਣ ਕੀਤੇ ਜਾਂਦੇ ਹੈ ਲੇਕਿਨ ਉਹਨੇ ਕੀ ਕਿਤਨੇ ਕਿਤੇ ਅਮਲੀ ਜਾਮਾ ਪਹਿਣਾ ਹੈ ਵਸਤਾ ਹੈ ਜਿਹੜੇ ਉਹ ਰਾਜਨੀਤਾ ਹੈ ਉਹ ਕਿਤਨੇ ਕਿਤੇ ਉਹ ਏਸੀ ਦੀ ਠੰਡੀ ਹਵਾ ਦੇ ਵਿੱਚ ਜਾ ਕੇ ਮਸਤ ਹੋ ਜਾਂਦੇ ਹੈ ਔਰ ਜਿਹੜੀਆਂ ਸ ਯੋਨੀ ਸਾਰੀਆਂ ਇਤੋ ਦਿਨ ਬੜੀ ਬੜੀਆਂ ਪ੍ਰਯੋਜਨਾਏ ਹੈ ਜਿਹੜੀਆਂ ਵਿਕਾਸ ਦੀਆਂ ਯੋਜਨਾਏ ਦਾ ਸੁਪਨੇ ਦੇਖਦੇ ਹੈ ਉਹ ਕਿਤਨੇ ਕਿਤੇ ਧਰੀ ਨੇ ਧਰੀ ਰਹੀ ਜਾਂਦੀਆਂ ਹੈ ਡੀਡੀਸੀ ਸਦਸੇ ਰਜਿੰਦਰ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਸੁੰਦਰ ਬਣੀ ਦੀ ਜਨਤਾ ਵਿੱਚ ਜਿਸ ਤਰ੍ਹਾਂ ਤੁਸੀਂ ਇਹਤਕ ਗੱਲ ਕਰਾ ਕਰਦੇ ਹੈ ਕਿ ਆਸੀਂ ਸਾਰੀ ਸਰਕਾਰ ਨੇ ਉਹ ਤੋਹਫੇ ਦਿੱਤੇ ਜਿਹੜੇ 70 ਸਾਲ ਦੀ ਜਨਤਾ ਤਰਸਾ ਕਰਦੀ ਜਿਹੜੇ ਕਿਸੇ ਵੀ ਪਾਰਟੀ ਨੇ ਤੋਹਫੇ ਨਹੀਂ ਦਿੱਤੇ ਕਿਹੜੇ ਕਿਹੜੇ ਤੋਹਫੇ ਜਨਤਾ ਜਾਣਨਾ ਚਾਹੇਗੀ ਤੁਸੀਂ ਉਹਨੇ ਤੋਹਫਿਆਂ ਦੇ ਨਾਲ ਇਹ ਜਨਤਾ ਇਹ ਦੱਸੋ ਕਿ ਤੁਸੀਂ ਸੁੰਦਰ ਬਣੀ ਦੇ ਵਸਾ ਕਿ ਕਿ ਕੀਤਾ ਤੁਹਾਡੀ ਪਾਰਟੀ ਨੇ ਕਿ ਕਿ ਕੀਤਾ ਹਾਂ ਰਜਿੰਦਰ ਜੀ ਸ਼ੁਕਰੀਆ ਬਹੁਤ ਤੁਹਾਡਾ ਸਾਰੇ ਲੋਕੀ ਕੀ ਪਤਾ ਹੋਣਾ ਚਾਹੀਦਾ ਕਿ ਜੇ 2014 ਤੋਂ ਬਾਅਦ ਜਿਹੜੇ ਸਾਡੇ ਐਮਐਲਏ ਰਵਿੰਦਰ ਰੈਣਾ ਜੀ ਲੋਕਾਂ ਦੁਆਰਾ ਚੁਣਿਆ ਥਾ ਆਏਗੇ ਹਨ ਉਹਦੇ ਆਉਣ ਦੇ ਬਾਅਦ ਸਾਡੇ ਇਹ ਸੁੰਦਰਬਣੀ ਕੰਸਟੀਟੂਐਂਸੀ ਚ ਬਿਲਕੁਲ ਰੋੜਿਆਂ ਦਾ ਇੱਕ ਜਾਲ ਵਿਛਾਇਆ ਗਿਆ ਔਰ ਅੱਜ ਜੋ ਇਲਾਸਾ ਸਾਡੇ ਪ੍ਰਦੇਸ਼ ਅਧਿક્ષਰ ਸਾਡੀ ਸਟੇਟ ਦੇ ਭਾਰਤੀ ਜਨਤਾ ਪਾਰਟੀ ਦੇ ਤਾਂ ਵੀ ਅਸੀਂ ਕੀ ਉਨਾ ਦਾ ਫਾਇਦਾ ਉਹਨਾਂ ਕੋਲ ਲੱਭਾ ਦਾ ਇਸ ਲਈ ਉਹਨੇ ਉੱਥੇ ਬੈਠੀ ਹੈ ਵੀ ਸਾਡੇ ਇਨੇ ਪ੍ਰੋਜੈਕਟ ਦਿੱਤੇ ਨੇ ਤੁਹਾਨੂੰ ਦਿਖਾਣਾ ਕਿ ਕਿੰਨੇ ਪ੍ਰੋਜੈਕਟ ਰੋਣੇ ਇਸ ਸਾਲ ਵੀ ਸਾਡੇ ਕੋਲ ਆਏ ਨੇ ਔਰ ਕਿੰਨੇ ਰੋਲੇ ਸਾਡੇ ਅੱਲੇ ਲੋਕਾਂ ਪਈਆਂ ਤੋਂ ਸਾਦੇ ਤਾਂ ਮੈਂ ਤੁਹਾਨੂੰ ਗਿਣੀਆਂ ਵੀ ਦੱਸਣਾ ਮੇਨ ਮੇਨ ਪ੍ਰੋਜੈਕਟ ਸਾਰੀਆਂ ਲਾਂਗ ਦਾ ਬੜਾ ਟਾਈਮ ਲੱਗੀ ਜਾਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਸੀਆਰਐਫ ਦੇ ਦੋ ਪ੍ਰੋਜੈਕਟ ਜਿਹੜਾ ਇੱਕ 20 ਕਰੋੜ ਰੁਪਏ ਦਾ ਹੈ ਔਰ ਇੱਕ 2 ਕਰੋੜ ਰੁਪਏ ਦਾ ਇੱਕ ਦੇਵਕ ਬੰਬਲੀਆ ਰੋਡ ਔਰ ਇੱਕ ਪਹਿਲੀ ਟੋਗਨੜਾ ਰੋਡ ਜਿਹੜੀ ਇਸ ਲਈ ਵੀ ਚਲਾਵੀ ਜਾਨ ਦੋਹੇ ਪ੍ਰੋਜੈਕਟ ਇਸ ਲਈ ਚੱਲਦੇ ਇਸ ਦਾ ਰਪੀਐਮਜੀ ਅਸਬਾਈ ਜਿਹੜੀ ਅਪਗ੍ਰੇਡੇਸ਼ਨ ਵਿੱਚ ਸੱਤ ਰੋੜਾਂ ਜਿਹੜੀਆਂ ਸਾਡੀਆਂ ਪਿਛਲੀਆਂ ਛੋੜੀਆਂ ਜਿਹੜੀ ਇਸਾਲਾ ਲੀਆਂ ਮੈਂ ਤੁਹਾਨੂੰ ਦੱਸਣਾ ਉਹ ਆਈਆਂ ਜਿਹਦੇ ਵਿੱਚ ਚਾਰ ਪੰਜ ਮੈਂ ਤੁਹਾਨੂੰ ਨਾਮ ਵੀ ਲਈ ਦੱਸਣਾ ਇੱਕ ਕਾਲੀ ਦੇ ਟੁਕੜਾ ਬੀ ਰੋਡ ਫਿਰ ਟੋਕ ਬਣਿਆ ਟੂ ਮੀਡਕਾ ਰੋਡ ਫਿਰ ਦੇਵਕ ਟੂ ਬੰਦਰਾਈ ਰੋਡ ਇਸੇ ਤਰ੍ਹਾਂ ਸਾਡੀਆਂ ਅਪਗ੍ਰੇਡੇਸ਼ਨ ਚ ਸੱਤ ਰੋੜਾਂ ਜਿਹੜੀਆਂ ਪੀਐਮਜੀਐਸਬੀ ਦੇ ਸਕੀਮ ਦੇ ਤਹਿਤ ਆਈਆਂ ਨੇ ਇਸੇ ਤਰ੍ਹਾਂ ਪੀਐਮਜੀਐਸਬੀ ਚ ਸਾਡੇ ਨਵੇਂ ਪ੍ਰੋਜੈਕਟ ਜਿਹੜੇ ਨਾ ਉਹ ਵੀ ਤਿੰਨ ਚਾਰ ਜਿਹੜੇ ਪ੍ਰੋਜੈਕਟ ਨਵੇਂ ਆਏ ਨੇ ਉਹ ਵੀ 222 ਕਰੋੜ ਦੇ ਪ੍ਰੋਜੈਕਟ ਜਿਸਨ ਕਲਾਸਰਾ ਰੋਡ ਤੇ ਹੋਣ ਦਿਖਿਆ ਬਾਰਡਰ ਦੇ ਉੱਪਰ ਜਿਹੜੀ ਕਦੇ ਰੋੜ ਗਣਾ ਹੀ ਮਿਲਦੀ ਸਵਾਰਮੀ ਰੋਡ ਤੋਂ ਉਤਰੀ ਲੋਕਾਂ ਦੀ ਕਲਾਸਰੇ ਵਿੱਚ ਜਿਹੜੇ ਥਿਆੜੀ ਕਲਾਸ ਵਿੱਚ ਜਿਹੜੀ ਆ ਪੀਐਮ ਜੀਐਸ ਵੱਲੋਂ ਸਾਡੇ ਰਵਿੰਦਰ ਰਾਣਾ ਅ ਪ੍ਰਧਾਨ ਅ ਦੇਸ਼ ਰਵਿੰਦਰ ਰਾਣਾ ਜੀ ਦੇ ਥਰੂ ਆਸੇ ਕਿ ਉਹ ਪ੍ਰੋਜੈਕਟ ਦਾ ਵੱਡਾ ਮਿਲਿਆ ਜਿਹੜਾ ਅੱਜ ਲੋਕ ਬੜਾ ਬੜਾ ਸ਼ੁਕਰੀਆ ਦਾਤਾ ਕਰਦੇ ਨੇ ਇੱਕ ਇਸੰਦ ਆਪਣੀ ਐਸਾ ਤੋਹਫਾ ਮਿਲਿਆ ਕਿ ਪੂਰੀ ਮੂਰਤ ਸਸ ਸੁਧਾਰ ਹੋਈ ਆ ਇਸੇ ਤਰ੍ਹਾਂ ਤੁਹਾਨੂੰ ਦਿਖਾਉਣਾ ਕਿ ਸਾਡੇ ਪ੍ਰਧਾਨ ਦੇਸ਼ ਰਵਿੰਦਰ ਰਾਣਾ ਜੀ ਨੇ ਸੁੰਦਰ ਬਣੀ ਕਿੰਨੀ ਵੱਡੀ ਸੰਗਾਦ ਦਿੱਤੀ ਆ ਇਹ ਗੰਗਾਗਾਠ ਜਿਹਦੀ ਐਸਟੀਮੇਟਡ ਕਾਸਟ ਆ 22 ਕਰੋੜ ਰੁਪਿਆ ਇਸੇ ਤਰ੍ਹਾਂ ਤੁਹਾਨੂੰ ਦਿਖਾਉਣਾ ਸ਼ਕਤੀਦਾਮ ਅੰਬਖੋੜੀ 20 ਕਰੋੜ ਰੁਪਇਆ ਜਿਹੜੀ ਆ ਉਹਦੀ ਅਸਟੀਮੇਟਡ ਕਾਸਟ ਆ ਇਹ ਜਿਹੜੀ ਦੇਣ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਔਰ ਥਰੂ ਸਾਡੇ ਪ੍ਰਦੇਸ਼ ਦੇ ਖਸ਼ ਰਵਿੰਦਰ ਰੈਣਾ ਜੀ ਦੇ ਥਰੂ ਆ ਇਸੇ ਤਰ੍ਹਾਂ ਤੁਹਾਨੂੰ ਦਿਖਿਆ ਹੋਣਾ ਇੱਕ ਸਾਡੀ ਇੱਥੇ ਆਰਮਰ ਦਾ ਬਾਰਡਰ ਬਟਾਲੀਅਨ ਜਿਹੜੀ ਇੱਥੇ ਖੜੀ ਕੀਤੀ ਗਈ ਜਿੱਦਾਂ ਇੱਥੇ ਹੈੱਡ ਕੁਆਟਰ ਬਣਦਾ ਪਿਆ ਮੈਕਸਿਮਮ ਸਾਡੇ ਬਾਰਡਰ ਦੇ ਜਿਹੜੇ ਜੁਵਾ ਲੋਕ ਨੇ ਉਹਦੇ ਇਸ ਪਰਥੀ ਹੋਣਗੇ ਔਰ ਮੈਕਸਿਮਮ ਇਧਰ ਦੀ ਲੋਕਲ ਪਰਥੀ ਕੀਤੀ ਜਾਏਗੀ ਔਰ ਮੋਕਰ ਜਿਹੜੇ ਮੈਕਸਿਮਮ ਲੋਕਾਂ ਸਾਡੇ ਜਿਹੜਾ ਰੋਜ਼ਗਾਰ ਮਿਲੇਗਾ ਉਹ ਵੀ ਇਸ ਤਰ੍ਹਾਂ ਬੜੀ ਕਿਸਮ ਦੀਆਂ ਸਕੀਮਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੁਆਰਾ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈਆਂ ਨੇ 100 ਤੇ ਕੁੰਜਾ ਕੇ ਬੁੰਜਾ ਸਕੀਮਾਂ ਜਿਹੜੀਆਂ ਅਗਰੀ ਕਲਚਰ ਹਾਰਟਿਕਲਚਰ ਔਰ ਮੈਕਸਿਮਲ ਜਿਹੜੇ ਸੈਲਫ এমਪਲॉयਮੈਂਟ ਹੈ ਸਮਾਲ ਸਕੀਲ ਇੰਡਸਟਰੀਜ਼ ਨੂੰ ਉਹਦੇ ਥਰੂ ਲੋਕਾਂ ਦੀ ਗ੍ਰਾਮ ਵਿੱਚ ਜਾਈਏ ਕਿਸਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਔਰ ਅਗਰ ਮੈਂ ਸਾਰੀਆਂ ਸਕੀਮਾਂ ਤੁਸੀਂ ਗਿਣੀਆਂ ਦੱਸਾਂ ਰਜਿੰਦਰ ਜੀ ਤਾਂ ਫਿਰ ਮੇਰੇ ਖਿਆਲ ਦੋ ਤਿੰਨ ਘੰਟਾ ਦਾ ਟਾਈਮ ਲੱਗਦਾ ਇਸ ਤਰ੍ਹਾਂ ਬੜੀ ਬੜੀ ਦੇਣ ਹੈ ਸਾਡੇ ਉੱਪਰ ਭਾਰਤੀ ਜਨਤਾ ਪਾਰਟੀ ਦੀ ਸਾਡੇ ਆਦਰਨੀય ਪ੍ਰਧਾਨ ਮੰਤਰੀ ਔਰ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮੈਂ ਸ਼ੁਕਰੀਆ ਦਾ ਆਪਣੇ ਪ੍ਰਦੇਸ਼ ਦਾ ਸਰਵਿੰਦਰ ਰਾਣਾ ਜੀ ਦਾ ਕਰਾਂਗਾ ਜਿਨ੍ਹਾਂ ਨੇ ਸਾਡੇ ਉੱਪਰ ਨਾ ਧਿਆਨ ਦਿੱਤਾ ਡਵਲਮੈਂਟ ਉਲੀਸ ਤੋਂ ਦੁ线程 ਸਾਰੀਵਾ ਕਰਦੀ ਹੈ ਰਾਜਨੇਸ਼ਰ ਮਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬੜੇ ਬੜੇ ਪ੍ਰੋਜੈਕਟ ਸੜਕਾਂ ਪੁਲ ਬਾਰਡਰ ਬਟਾਲੀਅਨ ਵਿਕਾਸ ਦੇ ਬੜੇ ਬੜੇ ਯਰੀ ਪਰियोजना ਤੁਸੀਂ ਨਾਂ ਲਈ ਗਿੰਤੀਆਂ ਗੰਗਾਗਾਟ ਸ਼ਕਤੀਦਾਮ ਜਿਹੜਾ ਅੰਬਖੋੜੀ ਲੇਕਿਨ ਕਿਤਨਾ ਕਿਤੇ ਜੀ ਜਨਤਾ ਮਹਿੰਗਾਈ ਔਰ ਬੇਰੋਜ਼ਗਾਰੀ ਕੰਨ ਇਸ ਵੇਲੇ ਜੋ ਜਾ ਕਰਦੀ ਹੈ ਔਰ ਆਣ ਵਾਲੇ ਦਿਨ ਵਿੱਚ ਜੇਕਰ ਚੋਣ ਦੀ ਗੱਲ ਕਰਦੇ ਹੈ ਵਿਧਾਨ ਸਭਾ ਚੋਣ ਜੰਮੂ ਕਸ਼ਮੀਰ ਉਨੇ ਜਾ ਕਰਦੇ ਔਰ ਜਿੰਨੇ ਵੀ ਡੇਲੀ ਬੀਜਰ ਜਿੰਨੇ ਵੀ ਕੈਜੂ ਲੇਬਰ ਸੜਕਾਂ ਉਪਰ ਪ੍ਰਦਰਸ਼ਨ ਕਰਾ ਕਰਦੇ ਉਹਨਾਂ ਸਾਰਿਆਂ ਦਾ ਇੱਕ ਹੀ ਅੱਖਣਾ ਹੈ ਕਿ ਜਿੰਨੀਆਂ ਕਾ ਜੋ ਕੇਂਦਰ ਸਰਕਾਰ ਦੇ ਹੁਣ ਚਾਹੇ ਜੰਮੂ ਕਸ਼ਮੀਰੀ ਸਰਕਾਰ ਹੋਣ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਹੁੰਦੇ ਨੇ ਧੋਖਾ ਕੀਤਾ ਔਰ ਉਹਨਾਂ ਨੇ ਮਨ ਬਲਾ ਲਿਆ ਤਾ ਇਸਵਰੀ ਉਹ ਬਾਤੀ ਜਨਤਾ ਪਾਰਟੀ ਦੇ ਖਿਲਾਫ ਲਈਏ ਚੋਣਾਂ ਚ ਵੋਟ ਪਾਗਣ ਜਿਹੜੇ ਲੋਕ ਸੜਕਾਂ ਉਪਰ ਪ੍ਰਦਰਸ਼ਨ ਕਰਾ ਕਰਦੇ ਨੇ ਆਖਿਰ ਉਹਦੀ ਮੰਗ ਕਿਉਂ ਨਹੀਂ ਸੁਣਾਇਆ ਜਾਂ ਕਰਦੀ ਔਰ ਅਗਰ ਉਹ ਤੁਹਾਡੇ ਖਿਲਾਫ ਚੋਣਾਂ ਦੇ ਵੀ ਜਾਈਏ ਵੋਟ ਪਾਣੇ ਤੁਹਾਡਾ ਇਹ ਸਪਨਾ ਹੈ ਮੁੱਖ ਮੰਤਰੀ ਬਣਾਉਣ ਦਾ ਜੰਮੂ ਕਸ਼ਮੀਰ ਦੇ ਅੰਦਰ ਉਹ ਸਪਨਾ ਧਰੇ ਦਾ ਧਰੇ ਰਹੀ ਹੈ ਨਾ ਕਿਸ ਤਰ੍ਹਾਂ ਇੰਨੇ ਲੋਕੀ ਦੀ ਹੈ ਜਿਹੜੇ ਭਾਵਨਾਇ ਕਰਨ ਤੁਸੀਂ ਜਿਹੜੀ ਬਾਤੀ ਜਨਤਾ ਪਾਰਟੀ ਖੇਲਾ ਕਰਦੀ ਆ ਆਖ ਜਿਹੜਾ ਜਿੱਥੇ ਤੁਹਾਡੀ ਡੇਲੀ ਮੇਜਰ ਦਾ ਸਵਾਲ ਹੈ ਡੇਲੀ ਮੇਜਰ ਜਿਹੜਾ ਹੈ ਨਾ ਉਹਦੇ ਪੂਰੀ ਸਾਰੀ ਗਵਰਨਮੈਂਟ ਨਾ ਪੂਰਾ ਸਹਯਾਨ ਲੇਦਾ ਬਾਕੀ ਦਾ ਸਾਡੇ ਆਦਨੀ ਐ ਐਲਜੀ ਸਾਹਿਬ ਜਿਹੜੇ ਨਾ ਬਾਕੀ ਦਾ ਇਹ ਤੇ ਪਰਾ ਸਾਰੋ ਬੰਦਾ ਪਿਆ ਔਰ ਬਿਜਲੀ ਵਿੱਚ ਲੱਗਦਾ ਕਿ ਇਲੈਕਸ਼ਨ ਕੋਲ ਪਹਿਲਾ ਪਹਿਲਾ ਇੰਦਾ ਜਿਹੜਾ ਫੈਸਲਾ ਹੋਈ ਜਾਣਾ ਔਰ ਇੰਦਾ ਡਿਸੀਜਨ ਹੋਈ ਜਾਣਾ ਇਲੈਕਸ਼ਨ ਤੋਂ ਪਹਿਲਾ ਪਹਿਲਾ ਬਹੁਤ ਜਲਦ ਜਿਹੜਾ ਸਰਕਾਰ ਦਾ ਸੈਂਟਰਲ ਗਵਰਨਮੈਂਟ ਨਾ ਇੰਦੇ ਕੋਲ ਜਵਾਬ ਮੰਗੇ ਕਿ ਜਲਦੀ ਜਲਦੀ ਜਿੰਨੇ ਵੀ ਆਲ ਡਿਪਾਰਟਮੈਂਟ ਦਾ ਡਿਲੀਵਰਨ ਸਾਰੇ ਕੀ ਉਹਨੇ ਇੱਕ ਐਸਾ ਰੂ ਬਣਾਈਆ ਇੱਕ ਸਕੈਲ 'ਚ ਰੱਖ ਜੋ ਜਿਸ ਤਰ੍ਹਾਂ ਅਸੀਂ ਅਗਰ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਕਈ ਇੱਕ ਐਸੇ ਏਰੀਆ ਜਿਹੜੀ ਵਿਕਾਸ ਦੀ ਅੱਜ ਵੀ ਤਰਸਾ ਕਰਦੇ ਹਨ ਉਹਨਾਂ ਵਿਕਾਸ ਦੀ ਜਿਹੜੀ ਲੋਕ ਤਰਸਾ ਕਰਦੇ ਹਨ ਉਹਦੇ ਤੋਂ ਈ ਵਿਕਾਸ ਪੁੱਜੇ ਕਿ ਐਸ ਸੰਦੇਸ਼ ਦੇਣਾ ਚਾਹੁੰਦੇ ਹੋ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਔਰ ਕਿਸ ਤਰ੍ਹਾਂ ਉਹਨੇ ਲੋਕਿੰਗ ਕੀ ਇਹ ਤੁਸੀਂ ਉਹਨਾਂ ਦੇ ਦੁੱਖ ਸੁੱਖ ਦੇ ਵੀ ਕਿਸ ਤਰ੍ਹਾਂ ਵਾਗ ਦੇ ਰਹੇ ਹਨ ਕੋ ਦੇਖੋ ਭਾਰਤੀ ਜਨਤਾ ਪਾਰਟੀ ਦਾ ਇਹ ਸਬਜੈਕਟ ਹੈ ਔਰ ਸਾਡੇ ਆਦਰ ਦੇ ਪ੍ਰਧਾਨ ਮੰਤਰੀ ਜੀ ਦੇ ਵੀ ਇਹ ਨਿਰਦੇਸ਼ਨ ਕਿ ਵਿਕਾਸ ਜਿਹੜਾ ਲਾਸਟ ਗ੍ਰਾਸ ਰੂਟ ਲੈਵਲ ਤੱਕ ਪੁੰਜਣਾ ਚਾਹੀਦਾ ਜਿੱਥੇ ਲੋਕਾਂ ਦੀ ਜ਼ਰੂਰਤ ਹੈ ਔਰ ਮੈਂ ਐਡਮਿਨਿਸਟ੍ਰੇਸ਼ਨ ਵੀ ਇਹ ਗੱਲਾਂ ਕਿ ਪੇ ਜਿੱਥਾ ਕੋਈ ਐਸੀ ਸਮੱਸਿਆ ਹੈ ਉਥੇ ਵਿਕਾਸ ਪੁੰਜਣਾ ਚਾਹੀਦਾ ਬਾਕਾਇਦਾ ਉਥੇ ਪੂਰ ਡਵੈਲਪਮੈਂਟ ਹੋਣੀ ਚਾਹੀਦੀ ਜਿੱਥੇ ਵੀ ਅਸ ਕੁਦਾ ਐਸੀ ਕੁਤਾਈ ਦੇਖਾਂਗੇ ਉਸੇ ਬਰਦਾਸ਼ਤ ਨਹੀਂ ਕਰਾਂਗੇ ਚਾਹ ਐਡਮਿਨਿਸਟ੍ਰੇਸ਼ਨ ਖਿਲਾਫ ਅਸੀਂ ਕੋਈ ਵੀ ਐਕਸ਼ਨ ਲੈਣਾ ਪਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਧਾਨ ਸਭਾ ਚੋਣ ਹੋਣੇ ਜਾਕਰਦੈਨ ਤੇ ਗੱਲ ਕੀ 70 ਸਾਲ ਦੇ ਬਾਅਦ ਭਾਤੀ ਜਨਤਾ ਪਾਰਟੀ ਦਾ ਕਮਲਲਾ ਫੁੱਲ ਸੁੰਦਰਬਣੀ ਨੋਸ਼ਾਰਾ ਵਿਧਾਨ ਸਭਾ ਵਿੱਚ ਪਹਿਲੀ ਵਾਰ ਖੇលਿਆ ਕੀ ਇਹ ਇਸੇ ਪ੍ਰਕਾਰ ਖੇលਿਆ ਰਹੇਗਾ ਜਿਸ ਪ੍ਰਕਾਰ ਜਿੰਨੀਆਂ ਵੀ ਤਾਕਤਾਂ ਜਿਹੜੀਆਂ ਭਾਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਇਸ ਵਿੱਚ ਜਿੰਨੇ ਵੀ ਰਾਜਨੇਤਾ ਨੇ ਸਾਰੇ ਦੇ ਸਾਰੇ ਫੀਲਡ ਵਿੱਚ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਭਾਤੀ ਜਨਤਾ ਪਾਰਟੀ ਜਿਹੜੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਨੋਸ਼ਾਰਾ ਸੁੰਦਰਬਣੀ ਵਿੱਚ ਕਮਲ ਖੇੜਨ ਦੀ ਕਾਮਯਾਬ ਹੋ ਬਿਲਕੁਲ ਖੇੜਨੇ ਕਾਮਯਾਬ ਹੋ ਕਿਉਂਕਿ ਐਡੇ ਵੱਡੇ ਪਮਾਨੇ ਉੱਪਰ ਜੇ ਭਾਤੀ ਜਨਤਾ ਪਾਰਟੀ ਨੇ ਡੋਲਮੈਂਟ ਕਰਾਈ ਆਪਣੀ ਕੰਸਟਿਟਿਊਐਂਸ਼ਨ ਨਿਸ਼ਾਰਾ ਇਹਦੇ ਮੁਕਾਬਲੇ ਇੱਕ ਹਿਸਾਬ ਹੀ ਨਹੀਂ ਅੱਜ ਇੰਨੀ ਜ਼ਿਆਦਾ ਡਵੈਲਪਮੈਂਟ ਹੋ ਚੁੱਕੀ ਹੈ ਇੰਨਾ ਜ਼ਿਆਦਾ ਕਮੇ ਦਾ ਜਾਲ ਬੁਛਾਇਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੁਆਰਾ ਕਿ ਕਮਲ ਜਿਹੜਾ ਹਮੇਸ਼ਾ ਖਿលਿਆ ਹੀ ਰਹੇਗਾ ਬਾਕੀ ਜਿਹੜੇ ਗੁਪਕਾਰ ਗੈਂਗ ਲੋਕ ਗੈਂਗ ਦੇ ਲੋਕ ਨੇ ਜਾਂ ਅਦਰ ਪਾਰਟੀਆਂ ਚ ਉਹ ਅੱਜ ਵੀ ਮਾਨੇ ਬਜਾ ਕਰਨਾ ਇਹ ਕਹਣਾ ਕਿ ਜਿਹੜੇ ਕੋਈ ਜੰਦਾ ਖੁਦਾ ਦਾ ਜੀ ਪੈਸਾ ਮੈ ਲੈ ਜਾਂ ਲੋਕੇ ਬੇਕੂਨਾਂ ਦੇ ਮੈ ਲੈ ਅੱਜ ਲੋਕ ਇਹਨੇ ਆ ਫਿਰ ਹਰ ਲੋਕ ਜਾਣਦੇ ਨੇ ਉਹਨੇ ਪਤਾ ਕਿ ਸੈਂਟਰ ਚ ਜਲਾ ਸਾਡੇ ਆਦਰ ਨਹੀਂ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਬੈਠੇ ਨੇ ਜਿੰਨਾ ਵੀ ਪੈਸਾ ਆ ਰਿਹਾ ਹੁੰਦਾ ਥਰੂ ਆ ਰਿਹਾ ਜਾਂ ਸਾਡੀ ਅਮਰੀਕਾ ਸਾਡੀ ਕਨਸਟੀਟਿਊਸ਼ਨ ਚੋਂ ਜਿਹਦਾ ਪੈਸਾ ਦੁਸ਼ਾਰਾ ਸੁੰਦਰਬਨ ਜਗਰ ਆ ਰਿਹਾ ਆ ਤਾਂ ਉਹ ਸਾਡੇ ਆਦਰ ਨਹੀਂ ਹੈ ਪ੍ਰਦੇਸ਼ ਦક્ષਿਨ ਰਵਿੰਦਰ ਰਾਣਾ ਦੀ ਵਜ੍ਹਾ ਨਾਲ ਆ ਰਿਹਾ ਉਹ ਡਵੈਲਪਮੈਂਟ ਹੋ ਰਹੀ ਹੈ ਇਹ ਜਿਹੜੇ ਲੋਕ ਜਗਾ ਜਗਾ ਜਿਹੇ ਲੋਕੇ ਬੇਕੂ ਬਣਾਦੇ ਬਣਾਣਾ ਬੰਦ ਕਰ ਦੇ ਲੋਕ ਇਹ ਬੇਕੂ ਬ ਪਤਾ ਲੱਗਣਾ ਕਿ ਫੁੱਲ ਕਿਹਨਾਂ ਖਿਲੀ ਆ ਗਿਆ ਹੁੰਦਾ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਦਾ ਜੰਮੂ ਕਸ਼ਮੀਰ ਦਾ ਦੌਰਾ ਹੈ ਗੱਲ ਕਰਚੇ ਅਗਰ ਰਜੋਰੀ ਪੁਛ ਦੋਨੇ ਬਾਰਡਰ ਡਿਸਟ੍ਰਿਕਟਾਂ ਦੀ ਗੱਲ ਕਰਚੇ ਅਗਰ ਤੇ ਉਹਨਾਂ ਦੀ ਚੋਣਵੀ ਸਭਾ ਦੇ ਉੱਪਰ ਮੰਚ ਦੇ ਵਿੱਚੋਂ ਜਿਹੜੀ ਉਹਨਾਂ ਦੀ ਜਨ ਸਭਾ ਕੀਤੀ ਜਨ ਸਭਾ ਦੇ ਉੱਪਰ ਇੱਕ ਐਸਟੀ ਸਟੇਟਸ ਦੀ ਗੱਲ ਉੱਠੀ ਰਜੋਰੀ ਪੁਛ ਦੀ ਜਨਤਾ ਪਿਛੇ 50 ਸਾਲ ਤੋਂ ਲਈ ਹੈ 70 ਸਾਲ ਤੋਂ ਲਈ ਐਸਟੀ ਸਟੇਟਸ ਦਾ ਇੰਤਜ਼ਾਰ ਕਰਾ ਕਰਦੀ ਆਖਿਰ ਰਜੋਰੀ ਪੁਛ ਦੀ ਜਨਤਾ ਦਾ ਕਸੂਰ ਕੀ ਹੈ ਰਾਸ਼ਟਰਪਤੀ ਲੋਗਨ ਤਿਰੰਗਾ ਝੰਡਾ ਚੁੱਕੀ ਹੈ ਚਲਦੇ ਨੇ ਦੇਖੋ ਸਾਡੀ ਸਰਕਾਰ ਨੇ ਪੂਰਾ ਸੰਗਿਆਨ ਲੇਦਾ ਇਸ ਮਸਲੇ ਉੱਪਰ ਜਿਹੜਾ ਪਹਾੜੀ ਫੋਰਮ ਦਾ ਜਿੰਨਾ ਵੀ ਸਿਸਟਮ ਹੈ ਔਰ ਬਹੁਤ ਜਲਦ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਜਲਦੀ ਇਹ ਡਿਸੀਜਨ ਹੋਣੇ ਵਾਲਾ ਉਹ ਲੋਕਾਂ ਦੀ ਜਿਹੜੇ ਲੋਕਾਂ ਦੀ ਡਿਮਾਂਡ ਆ ਔਰ ਜਿਹੜੇ ਲੋਕਾਂ ਦਾ ਇਹ ਫੈਸਿਲਟੀ ਐਸਟੀ ਫੈਸਿਲਟੀ ਲੈਣਾ ਚਾਹੁੰਦੇ ਉਹ ਬਿਲਕੁਲ ਸਾਡੀ ਸਰਕਾਰ ਦੇਖ ਉਹ ਲੋਕਾਂ ਦੀ ਆਨਲਿਸ ਬੜੇ ਥੋੜੇ ਸਮੇਂ ਅੰਦਰ ਅੰਦਰ ਪਤਾ ਚੱਲੀ ਜਾ ਕੇ ਸਰਕਾਰ ਕੇ ਕੀ ਬੈਨੀਫਿਟ ਦੇ ਆ ਰਹੀ ਹੈ ਧੰਨਵਾਜਿਤੇ ਇਹਦੇ ਬਾਉ ਰਜਿੰਦਰ ਸ਼ਰਮਾ ਜਿਹੜੇ ਡीडीसी ਸਦਸਿਆ ਸੁੰਦਰਬਣੀ ਦੇ ਜ਼ਿਲ੍ਹਾ ਵਿਕਾਸ ਪਰਿਸ਼ਦ ਸਦਸਿਆ ਚੁੜੀਏ ਜਨਤਾ ਦੁਆਰਾ ਭੇਜਗੇ ਦੇ ਹੋਰ ਕਿਹੜੀ ਕਿਹੜੀ ਯੋਜਨਾ ਤੋਹਫੇ ਦੇ ਰੂਪ ਦੇ ਵਿੱਚ ਸੁੰਦਰਬਣੀ ਜਨਤਾ ਕੀ ਦਿੱਤੀ ਗਈਆਂ 70 ਸਾਲ ਤੋਂ ਜਨਤਾ ਜਿਹੜੇ ਚੋਣਾਂ ਦੇ ਸੁਪਨੇ ਦਿਖਾ ਕਦੇ ਚੋਣਾਂ ਦੀ ਸਭਾ ਹੀ ਜਾ ਕੇ ਸੁਣਦੀ ਹੀ ਔਰ ਕਰ ਜੇ ਸਪਨੇ ਦਿਖਦੀ ਸੀ ਸਾਡੇ ਇਸ ਇਲਾਕੇ ਦੇ ਵਿੱਚ ਵੀ ਡਿਵੈਲਪਮੈਂਟ ਦੇ ਵੱਡੇ ਵੱਡੇ ਕੰਮ ਹੋਗਣ ਉਹ ਸਾਰੇ ਕੰਮ ਇਸ ਵੇਲੇ ਭਾਤੀ ਜਨਤਾ ਪਾਰਟੀ ਕਰਾ ਕਰਦੀ ਕਈ ਸੜਕਾਂ ਜਿਹੜੀਆਂ ਬਾਰਡਰ ਦੇ ਉੱਪਰ ਅਗਰ ਅਸ ਬਾਰਡਰ ਦੀ ਸੁਰੱਖਿਆ ਦੀ ਗੱਲ ਕਰਚਾ ਹੈ ਤਾਂ ਬਾਰਡਰ ਦੀ ਸੁਰੱਖਿਆ ਦੀ ਦ੍ਰਿਸ਼ਟੀ ਕਰਨਾ ਵੀ ਆਰਮੀ ਵਸਤਾ ਸੈਨਾ ਵਸਤਾ ਡਿਫੈਂਸ ਦੀ ਸੁਰੱਖਿਆ ਡਿਫੈਂਸਿਵ ਦ੍ਰਿਸ਼ਟੀ ਕਰਨਾ ਵੀ ਸੜਕਾਂ ਜਿਹੜੀਆਂ ਬੇਹੱਦ ਜ਼ਰੂਰੀ ਸੀ ਆਜੋ ਉਹ ਸੜਕਾਂ ਵੀ ਬਣਾ ਕਰਦੀਆਂ ਨੇ ਔਰ ਆਉਣ ਵਾਲੇ ਦਿਨਾਂ 'ਚ ਨਾ ਆਖਿਆ ਕਿ ਜਨਤਾ ਕੀ ਹੋਰ ਵੱਡੇ ਵੱਡੇ ਤੋਹਫੇ ਲੱਗਣ ਹੁਣ ਦੇਖਣਾ ਇਹ ਹੋ ਕੇ ਜਿਹੜੀਆਂ ਗੱਲਾਂ ਡੀਡੀਸੀ ਸਤਾ ਸੇ ਰਾਜਿੰਦਰ ਸ਼ਰਮਾ ਨੇ ਦਿੱਤੀਆਂ ਇਹ ਜਨਤਾ ਦੇ ਦਿਲੇ ਕਿਸ ਤਰ੍ਹਾਂ ਉਤਦੀਆਂ ਨੂੰ ਆਉਣ ਵਾਲੇ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਜਨਤਾ ਚੋਣ ਦੇ ਵਿੱਚ ਵੋਟ ਪਾਉਂਦੀ ਹੈ ਅਥਵਾ ਜਿਸ ਤਰ੍ਹਾਂ ਮੈਂ ਡੇਲੀ ਵਿਜ਼ਰ ਦੀ ਗੱਲ ਕਰਚੇ ਅਗਰ ਕੈਜੂ ਲੈਵਰ ਦੀ ਗੱਲ ਕਰਚੇ ਤਾਂ ਜਿਸ ਤਰ੍ਹਾਂ ਉਹ ਤੜਫਾ ਕਰਦੇ ਨੇ ਕਿਆ ਆਉਣ ਵਾਲੇ ਦਿਨੇ ਵਿੱਚ ਸਰਕਾਰ ਕੀ ਸਤਾ ਥੋੜੀ ਪਜਾਣੇ ਵਸਤਾ ਹੈ ਕਿਆ ਇਹ ਲੋਕ ਤੜਫਾਂਗਣ ਜਾਂ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਮਤਦਾਨ ਕਰਗਣ ਇਹ ਦਿਖਣਾ ਬੜਾ ਦਿਲਚਸਪ ਹੋ ਫਿਲਹਾਲ ਤੋਂ ਜੁੜੇ ਰਹੋ ਬਾਉ ਐਕਸਪ੍ਰੈਸ ਕਰਨਾ ਵੀਡੀਓ ਜਲਦੀ ਸੱਚੀ ਰਣਾ ਕਰਨਾ ਬਾਉ ਐਕਸ